ਤੁਸੀਂ ਹਿੰਦੂ ਦੀ ਗੱਲ ਕਿਉਂ ਕਰਦੇ ਹੋ? ਕਹਿੰਦੇ ਮੈਂ ਉਹ ਧਰਮ ਦੀ ਗੱਲ ਕਰਦਾ ਜਿਸ ਧਰਮ ਨੂੰ ਤੂੰ ਜ਼ਬਰਦਸਤੀ ਮਾਰ ਕੁੱਟ ਕੇ ਮੁਸਲਮਾਨ ਬਣਾ ਰਿਹਾ ਜਾਂ ਉਹਨਾਂ ਦਾ ਕਤਲ ਕਰ ਰਿਹਾ ਜਿਹੜੇ ਮੰਨਦੇ ਨੇ। ਇਹ ਰੱਬ ਨੂੰ ਭਾਉਂਦਾ ਨਹੀਂ। ਔਰੰਗਜ਼ੇਬ ਮਹਾਰਾਜ ਨੂੰ ਕਹਿੰਦਾ ਮੈਂ ਇੱਕ ਧਰਮ ਤਾਂ ਰੱਖਣਾ ਚਾਹੁੰਦਾ ਕਿਉਂਕਿ ਧਰਮਾਂ ਪਿੱਛੇ ਲੋਕ ਲੜਦੇ, ਧਰਮਾਂ ਪਿੱਛੇ ਰੌਲੇ ਪੈਂਦੇ, ਅੱਜ ਵੀ ਪੈ ਰਹੇ, ਇਸ ਕਰਕੇ ਮੈਂ ਸਾਰਿਆਂ ਨੂੰ ਮੁਸਲਮਾਨ ਬਣਾ ਦਿਆ। ਉਹ ਕਹਿੰਦੇ ਨਹੀਂ, ਜੇ ਇਹ ਗੱਲ ਹੁੰਦੀ ਤਾਂ ਅਕਾਲ ਪੁਰਖ ਸਾਰਿਆਂ ਦੀ ਸ਼ਕਲਾਂ ਇੱਕੋ ਜਿਹੀ ਅਪਣਾਉਂਦਾ, ਜੇ ਗੱਲ ਹੁੰਦੀ ਤਾਂ ਸਾਰੀ ਕਾਇਨਾਤ ਇੱਕੋ ਜਿਹੀ ਹੁੰਦੀ। ਇਹ ਵਾਰਤਾਲਾਪ ਹੋ ਰਹੀ ਹੈ। ਫਿਰ ਜਦ ਰਾਜੇ ਨੂੰ ਗੱਲ ਸਮਝ ਨਹੀਂ ਨਾ ਆਉਂਦੀ ਤੇ ਫਿਰ ਜਦੋਂ ਪੰਡਾਲ ਦੇ ਵਿੱਚ ਬੈਠਾ ਹੋਵੇ, ਰਾਜਾ ਗੱਦੀ ਤੇ ਬੈਠਾ ਹੋਵੇ, ਜਦ ਉਹਨੂੰ ਜਵਾਬ ਨਾ ਆਵੇ ਫਿਰ ਇੱਕੋ ਗੱਲ ਕਹਿੰਦਾ, ਜਾਂ ਮੇਰੀ ਮੰਨ ਲਓ ਜਾਂ ਮੇਰੀ ਮੰਨ ਲਓ, ਨਹੀਂ ਤਾਂ ਮੈਂ ਤੁਹਾਡਾ ਸਿਰ ਲਾ ਦਿਆ। ਉਹ ਕਹਿੰਦੇ ਇਹੀ ਤਾਂ ਮੈਂ ਕਰਨ ਆਇਆ ਸੀ, ਮੈਨੂੰ ਪਤਾ ਸੀ ਤੂੰ ਇਹੀ ਕਹਿ। ਉਸ ਤੋਂ ਬਾਅਦ ਕੀ ਹੋਇਆ ਇਹ ਆਪਾਂ ਸਾਰੇ ਜਾਣਦੇ ਹਾਂ। ਦੁੱਖ ਇਸ ਗੱਲ ਦਾ, ਅਫਸੋਸ ਇਸ ਗੱਲ ਦਾ, ਮਲਾਲ ਇਸ ਗੱਲ ਦਾ, ਜਿਹਨਾਂ ਪਿੱਛੇ ਵੱਡ ਵਡੇਰੇ ਕੁਰਬਾਨ ਹੋਏ, ਜਿਹਨਾਂ ਪਿੱਛੇ ਆ ਮਾਤਾਵਾਂ ਨੇ ਆਪਣੇ ਲਾਲਾਂ ਦੇ ਟੁਕੜੇ ਕਰਾ ਕੇ ਹਾਰ ਪਵਾ ਕੇ ਆਪਣੇ ਗਲ ਚ ਪਵਾ ਲਿਆ, ਜਿਹਨਾਂ ਪਿੱਛੇ ਗੁਰੂਆਂ ਨੇ ਆਪਣਾ ਵੰਸ਼ ਵਾਰਤਾ, ਹੱਸਣਾ ਪੁੱਤ ਇਹ ਗੱਲ ਤੇਰੇ ਤੇ ਵੀ ਆ ਜਾਣੀ, ਆ ਤੂੰ ਖੜਾ ਨਾ ਇਸ ਗੱਲ, ਹੱਸਣਾ ਸੁਣ ਕੀ ਕਹਿ ਰਿਹਾ, ਸ਼ਾਇਦ ਤੂੰ ਕੁਛ ਸਿੱਖ ਲੈ, ਸ਼ਾਇਦ ਤੂੰ ਇਹਨਾਂ ਦਾ ਕਰਜ਼ਾ ਲਾ ਸਕੇ, ਤਾਂ ਮੈਂ ਗੱਲ ਕਰਨ ਆਇਆ। ਜਿਹਨਾਂ ਪਿੱਛੇ ਮਰ ਗਏ ਸਾਰੇ ਵੱਡ ਵਡੇਰੇ, ਅੱਜ ਉਹਨਾਂ ਨੇ ਆਪਣੇ ਗਲਾਂ ਨੂੰ ਹੱਥ ਪਾਇਆ। ਅੰਗਰੇਜ਼ ਤਾਂ ਬਾਹਰਲੇ ਸੀ, ਮੁਗਲ ਵੀ ਬਾਹਰਲੇ ਸੀ। ਮੈਂ ਪੁੱਛਣਾ ਚਾਹੁੰਦਾ ਪੰਜਾਬ ਨੇ ਦੱਸੋ ਤੁਹਾਡਾ ਕੀ ਬਣਾਉਣਾ, ਮੈਂ ਪੁੱਛਣਾ ਚਾਹੁੰਦਾ ਪੰਜਾਬ ਦੀ ਧਰਤੀ ਤੇ ਰਹਿਣ ਵਾਲੇ ਲੋਕਾਂ ਨੇ, ਪੰਜਾਬ ਦੀ ਧਰਤੀ ਤੇ ਮਜ਼ਦੂਰਾਂ ਨੇ, ਕਿਸਾਨਾਂ ਨੇ, ਜਿਹਨਾਂ ਨੇ ਤੁਹਾਨੂੰ ਰੋਟੀ ਦਿੱਤੀ ਹੈ, ਦੱਸੋ ਕੀ ਬਣਾਉਣਾ? ਤੁਹਾਨੂੰ ਪੰਜਾਬ ਨਾਲ ਇੰਨੀ ਨਫ਼ਰਤ ਕਿਉਂ? ਤੁਹਾਨੂੰ ਪੰਜਾਬੀਆਂ ਨਾਲ ਇੰਨਾ ਕਿਉਂ ਘਿਰਨਾ ਹੈ? ਜਿਹੜੇ ਬੰਦੇ ਤੁਹਾਡੇ ਪਿੱਛੇ ਮਰ ਸਕਦੇ ਹੈ, ਤੁਹਾਨੂੰ ਬਚਾ ਸਕਦੇ ਹੈ, ਤੁਹਾਡੇ ਪਿੱਛੇ ਕੁਰਬਾਨ ਹੋ ਸਕਦੇ ਹੈ, ਤੁਹਾਡੇ ਪਿੱਛੇ ਆਪਣੇ ਬੱਚਿਆਂ ਦੀਆਂ ਉਲਟੀਆਂ ਦੇ ਸਕਦੇ ਹੈ, ਉਹ ਕਦੇ ਤੁਹਾਡਾ ਮਾੜਾ ਵੀ ਕਰ ਸਕਦੇ? ਮੈਂ ਕਦੇ ਕੋਈ ਐਸਾ ਮਾਂ ਬਾਪ ਬੱਚਾ ਨਹੀਂ ਦੇਖਿਆ ਜਿਹਦੇ ਪਿੱਛੇ ਆਪਾਂ ਮਰਦੇ ਹੋਈਏ, ਜਿਹਦੇ ਪਿੱਛੇ ਆਪਾਂ ਕੁਰਬਾਨ ਹੁੰਦੇ ਹੋਈਏ, ਜਿਹਨਾਂ ਦਾ ਢਿੱਡ ਭਰਦੇ ਹੋਈਏ। ਮੈਂ ਕਿਸਾਨਾਂ ਨੂੰ ਰੱਬ ਤੋਂ ਉੱਤੇ ਮੰਨਦਾ ਕਿਉਂਕਿ ਉਹ ਅੰਨਦਾਤਾ ਹੈ, ਉਹ ਪ੍ਰਤੱਖ ਹੈ, ਦਿਖਦਾ ਹੈ, ਉਹ ਕਦੇ ਮਾੜਾ ਕਰ ਸਕਦਾ? ਦੁੱਖ ਇਸ ਗੱਲ ਦਾ, ਪੰਜਾਬ ਕਿੱਡਾ ਵੱਡਾ ਸੀ ਔਰ ਇਹ ਕਸੂਰ ਵੀ ਆਪਣੇ ਨੇ ਮਾਫ਼ ਕਰਨਾ। ਆਪਾਂ ਆਪਣੇ ਕਿਰਦਾਰ ਬੜੇ ਕਰਵਾ ਲਏ, ਆਪਾਂ ਗੁਰੂਆਂ ਤੋਂ ਅਲੱਗ ਹੋ ਗਏ, ਬਾਣੀ ਤੋਂ ਅਲੱਗ ਹੋ ਗਏ, ਇਸ ਕਰਕੇ ਆਪਣਾ ਇਹ ਹਾਲ ਹੋਇਆ। ਮੈਂ ਇੱਕ ਗੱਲ ਪੁੱਛਣਾ ਚਾਹੁੰਦਾ, ਕੈਸਾ ਕਿਰਦਾਰ ਹੈ ਸਾਡਾ ਇਹ ਕਿ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡਾ ਲੀਡਰ ਕੌਣ ਹੈ, ਅਸੀਂ ਕਿਹਨੂੰ ਵੋਟ ਪਾਉਣੀ ਹੈ, ਕਿਹਨੂੰ ਆਪਾਂ ਰਹਿਨੁਮਾ ਚੁਣਨਾ? ਇਹ ਕਸੂਰ ਸਾਡੇ, ਅਸੀਂ ਇਸ ਕਰਕੇ ਕਸੂਰਵਾਰ ਹਾਂ ਕਿਉਂਕਿ ਸਾਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਕਿ ਅਸੀਂ ਜ਼ਿੰਦਗੀ ਦੇ ਵਿੱਚ ਆਪਦਾ ਜਰਨੈਲ ਕਿਹੜਾ ਚੁਣਨਾ। ਮਹਾਰਾਜਾ ਰਣਜੀਤ ਸਿੰਘ ਵੇਲੇ ਰਾਜਾ ਕਦੇ ਮਾੜਾ ਨਹੀਂ ਹੁੰਦਾ, ਜਦੋਂ ਆਪਣੇ ਐਲਨਕਾਰਾਂ ਦੀ ਗੱਲ ਨਹੀਂ ਸੁਣਦਾ, ਕੰਨ ਬੰਦ ਕਰਦਾ ਹੈ, ਵੀ ਐਵੇਂ ਮਾਰੀ ਜਾਂਦਾ ਉਦੋਂ ਮਰਦਾ। ਮਹਾਰਾਜਾ ਰਣਜੀਤ ਸਿੰਘ ਨੂੰ ਹਰੀ ਸਿੰਘ ਨਲੂਆ ਜੀ ਨੇ ਕਿਹਾ, ਜਨਰਲ ਜੋਰਾਵਰ ਸਿੰਘ ਤਿੱਬਤ ਵਾਲੇ ਨੇ ਕਿਹਾ, ਅਕਾਲੀ ਫੂਲਾ ਸਿੰਘ ਨੇ ਕਿਹਾ, ਆਹ ਧਿਆਨ ਚੰਦ ਡੋਗਰਾ ਇਹਨੂੰ ਮਾਰ ਦੇ ਜਾਂ ਇਹਨੂੰ ਇੱਥੋਂ ਕੱਢ ਦੇ, ਕਿਉਂਕਿ ਯਾਦ ਰੱਖੀ ਰਾਜਾ ਅਸੀਂ ਰਹੀਏ ਨਾ ਰਹੀਏ, ਜੇ ਇਹ ਜਿਉਂਦਾ ਰਿਹਾ ਪੰਜਾਬ ਦੀ ਧਰਤੀ ਦੇ ਟੁਕੜੇ ਕਰ ਦੂਗਾ। ਉਹ ਪੰਜਾਬ ਜਿਹੜਾ ਤਿੱਬਤ ਤੋਂ ਲੈ ਕੇ, ਕਸ਼ਮੀਰ ਤੋਂ ਲੈ ਕੇ, ਕੰਧਾਰ ਤੋਂ ਲੈ ਕੇ ਦਿੱਲੀ ਤੱਕ ਆਪਾਂ ਨੂੰ ਵੱਡ ਵਡੇਰੇ ਦੇ ਗਏ ਸੀ, ਆਪਣੇ ਕਰਕੇ, ਸਾਡੇ ਕਰਕੇ, ਸਾਡੀ ਗਲਤੀਆਂ ਕਰਕੇ ਅੱਜ ਛੋਟਾ ਜਿਹਾ ਪੰਜਾਬ ਸਾਡੇ ਹੱਥ ਫੜਾਤਾ। ਮੈਂ ਕਈ ਵਾਰੀ ਪੁੱਛਿਆ, ਮੈਂ ਕਿਹਾ ਵੰਡ ਕਰਨੀ ਸੀ ਪਰ ਉੱਧਰ ਕਰ ਦਿੰਦੇ ਗੁਜਰਾਤ 'ਚ, ਉੱਧਰ ਬੰਬਈ ਵੱਲ ਕਰ ਦੇਣੀ ਸੀ, ਉਹ ਸਾਊਥ ਪਿਆ ਸਾਰਾ ਉੱਧਰ ਕਰ ਦੇਣੀ ਸੀ, ਇਹ ਪੰਜਾਬ 'ਤੇ ਸਿਰ 'ਚ ਗੜਬੀ ਕਿਉਂ ਮਾਰਦੇ ਹਰ ਵੇਲੇ? ਕਿਉਂਕਿ ਸਾਡੇ 'ਚ ਏਕਤਾ ਨਹੀਂ, ਅਸੀਂ ਵੰਡੇ ਹੋਏ। ਪਰ ਇਸ ਗੱਲ ਦੀ ਬੜੀ ਖੁਸ਼ੀ ਹੈ
आ देखे कि आज बड़ी देर बाद असी एक झंडे थले कट्ठे हैं। आज जिहड़े भाई जी गल कर रहे सी जो कुछ अज विधानसभा च होया ये थोड़ी छत है, ये थोड़े करके होया, थोड़ी ताकत करके होया, लेकिन देखना है कि अगे का रिजल्ट की होगा। मैं जो ड्यूटी मेरी लगी है मैं थोड़े नाल वार्तालाप करके इतों चला जावांगा, लेकिन इन्ना जरूर मैं कह के जाना बहुत जरूरी है कि जब बच्चा पैदा होंदा है, ये मेरी बेनती है उस बच्चे नूं क्या करो, कह वाहिगुरु, पहला शब्द कह वाहिगुरु, अपने अपने ईश्वर साहब नाल कह अल्लाह, कह राम। जब तुसीं बच्चियां नूं सिखाओगे, माताओं मेरी हो बच्चों गोद बिठा के बाणी सिखाया करो। बाबा दीप सिंह जी माता जी रोज़ हरिमंदर साहब उन्होंने लैके जाते जरनैल है भी नहीं पैदा। पर मैं एक गल पूछना चाहना, जे आप अपनी जवानी आप संभालनी है, मैनू लोग पूछते जी पंजाब की जवानी में की हो गया, मैं क्या साढ़े माँ बाप को वक्त ही है नहीं बच्चों वास्ते। अज जट का मुंडा खेती करके राजी पटे कराए है, जमीन महंगी हो गई, जमीन बेचती गड्डी चक्की नशे कर ले चल इधर चल उधर। जे हर बच्चे बाणी नाल जोड़िया होगा, अपने ईश नाल जोड़िया होगा, तो मैं तुहानूं लिख के दे दिंदा बच्चा हमेशा अपनी धरती माँ की कदर करूंगा। वक्त आने वाला याद रखियो, जो अज मैं कह के जा रहा इन बन भी लिया अपने गल, जे आप अज ना समझे, जे आप जिंदगी अज भी कट्ठे होकर ना चले, जे अज भी अपनी पंजाब की धरती माँ की रक्षा नहीं की, तो फिर इस तरह है जमीन भी खो के लै जाएंगे, धियां भैन भी।